ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਹਾਨ ਜਰਨੈਲਾਂ ਯੋਧਿਆਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਨੂੰ ਪੜ੍ਹ ਕੇ ਪਤਾ ਚੱਲਦਾ ਹੈ ਕਿ ਆਖਿਰਕਾਰ ਕੌਮ ਨੂੰ ਉਹਨਾਂ ਨੇ ਕੀ ਦਿੱਤਾ ਹੈ। ਇਹਨਾਂ ਮਹਾਨ ਜਰਨੈਲਾਂ ਦੇ ਵਿੱਚੋਂ ਇੱਕ ਨਾਮ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ, ਜਿਨ੍ਹਾਂ ਦੀ ਸ਼ਖਸੀਅਤ ਅੱਗੇ ਵੱਡੇ ਵੱਡੇ ਧਰਮਖਾਨਾ ਦੀਆਂ ਅੱਖਾਂ ਚੁੰਦਿਆ ਜਾਂਦੀਆਂ ਨੇ। ਆਪ ਜੀ ਦਾ ਦ੍ਰਿੜ ਵਿਸ਼ਵਾਸ, ਸਿੱਖ ਪੰਥ ਪ੍ਰਤੀ ਸਮਰਪਣ, ਗੁਰੂ ਪ੍ਰਤੀ ਭਰੋਸਾ ਇਤਿਹਾਸ ਪੜ੍ਹਦਿਆਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਸਰਦਾਰ ਜੱਸਾ ਸਿੰਘ ਬੇਖੌਫ ਸ਼ਖਸੀਅਤ, ਬਾਕਮਾਲ ਜੰਗਜੂ ਤੇ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਸਿੱਖ ਇਤਿਹਾਸ ਦੇ ਵਿੱਚ ਰੂਪਮਾਨ ਹੁੰਦੇ ਨੇ। ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ, ਜਿਸ ਦੇ ਚੱਲਦਿਆਂ ਇਸ ਮਹਾਨ ਜਰਨੈਲ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ SDPC ਦੇ ਵੱਲੋਂ 300 ਸਾਲਾ ਜਨਮ ਸ਼ਤਾਬਦੀ ਮਨਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਬੁੱਧਵਾਰ ਤੋਂ ਆਰੰਭੇ ਗਏ ਸ੍ਰੀ ਅਖੰਡ ਪਾਠ ਦੇ 5 ਮਈ ਨੂੰ ਭੋਗ ਪੈਣਗੇ ਤੇ ਨਾਲ ਹੀ ਇਸ ਮੌਕੇ ਗੁਰਮਤਿ ਸਮਾਗਮ ਵੀ ਕਰਵਾਏ ਜਾਣਗੇ। ਉਦੋਂ ਸਾਡੇ ਵੱਡੇ ਪੁਰਖਿਆਂ ਨੇ ਸਿੱਖ ਕੌਮ ਲਈ ਬਹੁਤ ਕੁਝ ਨਵੀਆਂ ਪੈੜਾਂ ਪਾਈਆਂ ਨੇ ਔਰ ਭਾਰਤ ਦੇ ਇਤਿਹਾਸ ਦੇ ਵਿੱਚ ਐਸੇ ਸੁਨਹਿਰੀ ਪੰਨੇ ਜੋੜੇ ਆ ਜਿਹੜੇ ਅੱਜ ਵੀ ਜਿਹੜੇ ਹਮੇਸ਼ਾ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਹਮੇਸ਼ਾ ਪ੍ਰਜਵਲਿਤ ਰਹਿਣਗੇ। ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ 300 ਸਾਲਾ ਜਨਮ ਸ਼ਤਾਬਦੀ ਜਿਹੜੀ ਹੈ ਉਹ 5 ਮਈ ਨੂੰ ਆ ਰਹੀ ਹੈਗੀ ਹੈ 2023 ਨੂੰ। ਇਹਨਾਂ ਦਾ ਜਨਮ 5 ਮਈ 1723 ਈਸਵੀ ਨੂੰ ਸਰਦਾਰ ਭਗਵਾਨ ਸਿੰਘ ਦੇ ਘਰ ਮਾਤਾ ਗੰਗੋ ਜੀ ਦੀ ਕੁੱਖੋਂ ਹੋਇਆ ਸੀ। ਇਹ 5 ਭਰਾ ਸਨ ਔਰ 5 ਦੇ ਵਿੱਚੋਂ ਇਹ ਜਿਹੜੇ ਸਰਦਾਰ ਜੱਸਾ ਸਿੰਘ ਜੀ ਬੜੇ ਬਲਵਾਨ, ਬੜੇ ਯੋਧੇ ਔਰ ਬੜੇ ਸੂਰਬੀਰ ਜਿਹੜੇ ਸੀ, ਇਹ ਬਹਾਦਰ ਯੋਧੇ ਸੀ। ਔਰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ ਵੱਡੇ ਪੁਰਖ, ਵੱਡੇ ਜਿਹੜੇ ਇਹਨਾਂ ਦੇ ਸਰਦਾਰ ਹਰਦਾਸ ਸਿੰਘ ਜੀ ਸੀਗੇ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸੋਂ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਔਰ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਸੀ। ਔਰ ਉਹ ਉਸ ਟਾਈਮ ਦੇ ਉੱਤੇ ਉਹਨਾਂ ਦੇ ਜਿਹੜਾ ਵੱਡੇ ਪਿਛਲਾ ਪਿੰਡ ਜਿਹੜਾ ਹੈਗਾ ਉਹ ਸੁਰ ਸਿੰਘ ਹੈਗਾ ਔਰ ਬਾਅਦ ਦੇ ਵਿੱਚ ਇਹ ਸੁਰ ਸਿੰਘ ਤੋਂ ਬਦਲ ਕੇ ਅਤੇ ਇਹ ਲਾਹੌਰ ਇਚੋਗਿਲ ਚਲੇ ਗਿਆ ਸੀ। ਇਹਨਾਂ ਦਾ ਜਨਮ ਇਚੋਗਿਲ ਦੇ ਵਿੱਚ ਹੋਇਆ ਸੀ। ਸੋ ਇਹ ਇਹਨਾਂ ਦਾ ਇਸ ਪਰਿਵਾਰ ਦੇ ਵਿੱਚ ਇਹਨਾਂ ਨੇ ਜਨਮ ਲਿਆ ਹੈਗਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ। ਇਹਨਾਂ ਦੇ ਜਿਹੜੀ ਜਨਮ ਸ਼ਤਾਬਦੀ ਆ ਹੁਣ 300 ਸਾਲਾਂ ਜਿਹੜੀ ਸਾਡੇ ਸਾਹਮਣੇ ਸਾਡੀ ਇਸ ਸਾਡੇ ਮੌਕੇ ਆਈ ਆ, ਮੈਂ ਸਮਝਦਾ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ, ਵੱਡੇ ਕਰਮਾਂ ਵਾਲੇ ਹਾਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਹਮੇਸ਼ਾ ਗੁਰੂ ਸਾਹਿਬਾਨਾਂ ਦੀਆਂ ਭਗਤਾਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ ਔਰ ਸਿੱਖ ਜਰਨੈਲਾਂ ਦੀ ਵੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਮਨਾਉਂਦੀ ਹੈ। ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਭਗਵਾਨ ਸਿੰਘ ਦੇ ਘਰ ਮਾਤਾ ਗੰਗੋ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਭਗਵਾਨ ਸਿੰਘ ਲਾਹੌਰ ਦੇ ਚੜ੍ਹਦੇ ਵੱਲ ਸਥਿਤ ਪਿੰਡ ਇਚੋਗਿਲ ਦੇ ਨਿਵਾਸੀ ਸਨ। ਆਪ ਜੀ ਬੜੇ ਪੱਕੇ ਨਿਤਨੇਮੀ ਸਿੱਖ, ਸੇਵਾ, ਪਰਉਪਕਾਰ, ਵਿਵਹਾਰਕ ਸਦਗੁਣਾਂ ਦੇ ਨਾਲ ਓਤ ਪੋਤ ਬੜੀ ਸਤਿਕਾਰਕ ਹਸਤੀ ਸਨ। ਉਸ ਸਮੇਂ ਸਿੱਖਾਂ ਦੇ ਵਿਰੋਧੀ ਰਹੇ ਮੁਗਲ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਜਰਨੈਲੀ ਸੂਝਬੂਝ ਤੇ ਬੇਖੌਫ ਸੁਭਾਅ ਦੀ ਪ੍ਰਸ਼ੰਸਾ ਕਰਦੇ ਸਨ। ਜੱਸਾ ਸਿੰਘ ਰਾਮਗੜੀਆ ਸਿੱਖਾਂ ਦੇ ਵਿਚਕਾਰ ਇੱਕ ਬਿਫਰੇ ਹੋਏ ਸ਼ੇਰ ਵਾਂਗ ਜਾਪਦੇ ਸਨ। ਅਮਰੌਣੀ ਕਿਲਾ ਸੀਗਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਇਆ ਹੋਇਆ, ਉਹ ਆਪਣੇ ਸਿੱਖ ਜਰਨੈਲਾਂ ਨੇ ਬਣਾਇਆ ਹੋਇਆ ਸੀ ਔਰ ਕੱਚਾ ਕਿਲਾ ਸੀ, ਕੱਚੀ ਇੱਟਾਂ ਦਾ ਬਣਾਉਂਦੇ ਹੁੰਦੇ ਸੀ ਔਰ ਕਈ ਵਾਰਾਂ ਉਹ ਟੱਠਾ, ਕਈ ਵਾਰਾਂ ਉਹਨੂੰ ਬਣਾਇਆ ਗਿਆ। ਲੇਕਿਨ ਜਦੋਂ ਲਾਹੌਰ ਦੇ ਬਾਦਸ਼ਾਹ ਨੇ ਇਸ ਇਹਨੂੰ ਘੇਰਾ ਪਾ ਦਿੱਤਾ ਇੱਥੇ ਰਾਮਰੌਣੀ ਕਿਲੇ ਨੂੰ, ਤਾਂ ਉਸ ਦੇ ਵਿੱਚ ਸਿੱਖ ਕਾਫੀ ਘੇਰੇ ਦੇ ਵਿੱਚ ਆ ਗਏ ਸੀ। ਉਸ ਟਾਈਮ ਦੇ ਉੱਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਿਹੜੇ ਸੀਗੇ, ਇਹ ਅਧੀਨਾ ਵੇਗ ਦੇ ਨਾਲ ਪੰਥ ਖਾਲਸਾ ਦੇ ਫੈਸਲੇ ਦੇ ਅਨੁਸਾਰ ਉਹਨਾਂ ਦੇ ਨਾਲ ਉਹ 16 ਦੇ ਨਾਲ ਕੰਮ ਕਰ ਰਹੇ ਸੀਗੇ। ਲੇਕਿਨ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਸਾਡੇ ਸਿੱਖ ਜਿਹੜੇ ਆ, ਸਿੱਖ ਭਰਾ ਜਿਹੜੇ ਆ, ਉਹ ਇਸ ਵੇਲੇ ਘੇਰੇ ਦੇ ਵਿੱਚ ਆ ਔਰ ਅਧੀਨਾ ਵੇਗ ਜਿਹੜਾ ਜਲੰਧਰ ਦਾ ਉਸ ਵੇਲੇ ਸੂਬਾ ਸੀਗਾ ਔਰ ਉਸ ਜਲੰਧਰ ਦੇ ਸੂਬੇ ਨੇ ਇੱਥੇ ਘੇਰਾ ਪਾ ਕਰਕੇ ਰਾਮਰੌਣੀ ਦੇ ਵਿੱਚ ਸਾਰੇ ਸਿੰਘਾਂ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ। ਲੇਕਿਨ ਉਸ ਮੌਕੇ ਦੇ ਉੱਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਉਹਨਾਂ ਨੂੰ ਛੱਡ ਕੇ ਔਰ ਉਹ ਸਾਰੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੇ ਨਾਲ ਸਾਰਾ ਗੱਲਬਾਤ ਕਰਕੇ ਅਤੇ ਉਹ ਜਿਹੜਾ ਕਿਲ੍ਹਾ ਸੀਗਾ ਉਸ ਨੂੰ ਫਤਿਹ ਕਰਵਾਇਆ ਔਰ ਉਸ ਟਾਈਮ ਦੇ ਉੱਤੇ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸੀਗੇ ਅੰਦਰ ਘਿਰੇ ਹੋਏ ਉਹਨਾਂ ਦੀ ਜਾਨ ਨੂੰ ਬਚਾਈ ਸੀ। ਇਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਘਟਨਾ ਜਿਹੜੀ ਪੰਥ ਦੇ ਵਿੱਚ ਆਉਂਦੀ ਹੈ ਉਹ ਇਹ ਕਿ ਸਿੱਖਾਂ ਦੇ ਘੇਰੇ ਦੇ ਵਿੱਚ ਜਦੋਂ ਵੀ ਸਿੱਖਾਂ ਦੇ ਉੱਤੇ ਭੀੜ ਪਈ ਆ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਹਮੇਸ਼ਾ ਖਾਲਸਾ ਪੰਥ ਦਾ ਸਾਥ ਦਿੱਤਾ ਹੈ। ਜਿੰਨਾ ਮਹਾਨ ਗੌਰਵਮਈ ਇਤਿਹਾਸ ਸਿੱਖ ਜਰਨੈਲਾ ਦਾ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣੇ ਇਹਨਾਂ ਬੁੰਗਿਆਂ ਦਾ ਇਤਿਹਾਸ ਵੀ ਉਨਾ ਪੁਰਾਣਾ। ਪੈਕਾਨ ਸਿੰਘ ਨਾਭਾ ਦੇ ਮੁਤਾਬਿਕ ਬੁੰਗਾ ਦੇ ਆਖਰੀ ਅਰਥ ਨੇ ਰਹਿਣ ਵਾਲੀ ਥਾਂ, ਉਹ ਥਾਂ ਜਿੱਥੇ ਰੁਪਇਆ, ਸਮਾਨ ਆਦਿ ਅਮਾਨਤ ਰੱਖਿਆ ਜਾਵੇ।
फौज का पिछला भाग या रहण की जगह गुरुद्वारों के कोल जिहड़ियां 14 रिहायशी इमारतां सन उन्हां दे विच यात्रु आके ठहरदे हुंदे सन। उस समय उन्हां रिहायशी इमारतां नूं भी बुंगे ही आख्या जाता सी। श्री अमृतसर साहब विखे लगभग 84 बुंगियां दा जिक्र मिलदा है। ਇਹ ਸਰਦਾਰ ਜੱਸਾ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਜਾਂ ਸੁਰੱਖਿਆ ਵਾਸਤੇ ਜਾਂ ਜਿਹੜੇ ਇੱਥੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਉਸ ਮੌਕੇ ਕਾਫੀ ਜਿਹੜੀਆਂ ਸਿੱਖ ਸੰਗਤਾਂ ਦੀ ਆਮਦ ਵੱਧ ਗਈ ਸੀਗੀ ਤਾਂ ਇੱਥੇ ਫਿਰ ਬੁੰਗੇ ਜਿਹੜੇ ਉਸਾਰੇ ਗਏ ਸੀਗੇ। ਬੁੰਗੇ ਅਸੀਂ 84 ਬੁੰਗਿਆਂ ਦੇ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ। ਵੱਖ ਵੱਖ ਜਿਹੜੇ ਸੀ ਉਹ ਬੁੰਗਿਆਂ ਦੇ ਨਾਮ ਹੈਗੇ ਨੇ। ਘਨੱਈਆ ਮਿਸਲ ਦਾ ਬੁੰਗਾ ਹੈਗਾ, ਸ਼ੁਕਰ ਚੱਕੀਆਂ ਮਿਸਲ ਦਾ ਬੁੰਗਾ ਹੈਗਾ ਸੀ, ਰਾਮਗੜੀਆ ਮਿਸਲ ਦਾ ਬੁੰਗਾ ਹੈਗਾ, ਇਸ ਤਰ੍ਹਾਂ ਜਿਹੜੀਆਂ 12 ਮਿਸਲਾਂ ਦੇ ਬੁੰਗੇ ਸੀ ਵੱਖਰੇ ਵੱਖਰੇ। ਔਰ ਇਹ ਬੁੰਗਿਆਂ ਦੇ ਵਿੱਚ ਫਿਰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਿਹਨੇ ਸਭ ਤੋਂ ਇਤਿਹਾਸ ਦੇ ਵਿੱਚ ਜਿਹੜੀ ਸਭ ਤੋਂ ਸੁੰਦਰ ਅਤੇ ਸਿੱਖ ਨਿਰਮਾਣ ਕਲਾ ਭਵਨ ਜਿਹੜੀ ਸੀ, ਭਵਨ ਕਲਾ ਦਾ ਜਿਹੜਾ ਅਦਭੁਤ ਨਮੂਨਾ ਸੀਗਾ, ਉਹ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਇਹ ਜਿਹੜਾ ਜੱਸਾ ਸਿੰਘ ਬੁੰਗਾ ਬਣਾਇਆ, ਰਾਮਗੜੀਆ ਬੁੰਗਾ ਬਣਾਇਆ, ਇਹ ਮੈਂ ਸਮਝਦਾ ਵੀ ਇਸ ਉਹਨਾਂ ਨੇ ਉਸ ਟਾਈਮ ਦੇ ਉੱਤੇ ਬਣਾਇਆ ਸੀਗਾ ਅਤੇ 1755 ਦੇ ਵਿੱਚ ਸਰਦਾਰ ਜੱਸਾ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਸੀਗੀ। ਔਰ ਇਸ ਦੀ ਜਿਹੜੀ ਸੰਪੂਰਨਤਾਈ ਹੈਗੀ ਆ ਉਹ ਉਹਨਾਂ ਦੇ ਬੇਟੇ ਬਾਅਦ ਸਰਦਾਰ ਜੋਧ ਸਿੰਘ ਜੀ ਹਰਾਂ ਨੇ ਉਸ ਇਹਨੂੰ ਸੰਪੂਰਨਤਾ ਜਿਹੜਾ ਉਸ ਦੇ ਵਿੱਚ ਜੱਸਾ ਜਿਹੜਾ ਬੁੰਗਾ ਸੰਪੂਰਨ ਹੋਇਆ। ਤੋ ਇਸ ਕਰਕੇ ਇਹ ਬੁੰਗਿਆਂ ਦਾ ਇਤਿਹਾਸ ਜਿਹੜਾ ਹੈਗਾ ਸਾਡੀ ਸਿੱਖ ਕੌਮ ਦਾ ਇਤਿਹਾਸ ਆ, ਸਾਡੀ ਅਰਦਾਸ ਦਾ ਹਿੱਸਾ ਹੈ। ਇਸ ਵੇਲੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਰਮਾ ਦੇ ਦੁਆਲੇ ਦੁਆਲੇ ਜਿਹੜੇ 84 ਬੁੰਗੇ ਸੀ, ਜਦੋਂ ਖਾਲਸਾ ਪੰਥ ਨੇ ਜਾਂ ਸਿੱਖ ਕੌਮ ਨੇ ਲੋੜ ਮਹਿਸੂਸ ਕੀਤੀ ਕਿ ਹੁਣ ਖਾਲਸਾ ਪੰਥ ਦੀ ਆਮਦ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਸਿੱਖ ਕੌਮ ਦੇ ਕੋਲ ਉਸ ਆਪਣੇ ਕੋਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਸਾਰਾ ਜਿਹੜਾ ਹੈਗਾ ਸੀਗਾ, ਮਹੰਤਾਂ ਦੇ ਕੋਲ ਕਬਜ਼ੇ ਸੀ ਇੱਥੇ ਉਸ ਟਾਈਮ ਦੇ ਉੱਤੇ, ਇਹ ਬੁੰਗੇ ਜਿਹੜੇ ਸੀ ਨਿਰਮਾਣ ਹੋਏ ਹੋਏ ਸੀਗੇ ਵੱਖੀਆਂ ਵੱਖੀਆਂ ਮਿਸਲਾਂ ਦੇ। ਅਤੇ ਇਸ ਜਿਹੜੀਆਂ ਫਿਰ ਜਦੋਂ ਲੋੜ ਮਹਿਸੂਸ ਹੋਈ ਖਾਲਸਾ ਪੰਥ ਨੂੰ ਤਾਂ ਫਿਰ ਹਰਿਮੰਦਰ ਸਾਹਿਬ ਦੀ ਜਿਹੜੀ ਪਰਿਕਰਮਾ ਸੀ ਉਹ ਚੌੜੀ ਕਰਨ ਦਾ ਫੈਸਲਾ ਕੀਤਾ ਗਿਆ। ਅਤੇ ਜਦੋਂ ਚੌੜੀ ਕਰਨ ਦਾ ਫੈਸਲਾ ਕੀਤਾ ਤਾਂ ਉਸ ਮੌਕੇ ਫਿਰ ਇਹ ਜਿਹੜੀਆਂ ਪਰਿਕਰਮਾ ਦੇ ਵੀ ਜਿਹੜੇ ਬੁੰਗੇ ਜਿਹੜੇ ਸੀ ਜ਼ਿਆਦਾ ਨੇੜੇ ਹੋਏ ਸੀਗੇ, ਉਹ ਫਿਰ ਬੁੰਗੇ ਜਿਹੜੇ ਸੀ ਪਰਿਕਰਮਾ ਦੇ ਵਿੱਚ ਆਉਣ ਕਰਕੇ ਉਸਨੂੰ ਢਾਉਣਾ ਪਿਆ। ਉਹ ਕਈ ਬੁੰਗੇ ਬਾਹਰ ਚਲੇ ਗਏ, ਕਈ ਬੁੰਗੇ ਫਿਰ ਉਸ ਟਾਈਮ ਦਿੱਤੇ ਉਹਨਾਂ ਦਾ ਜਿਹੜਾ ਅਸੀਂ ਉਠਾ ਕੇ ਅਤੇ ਉਹ ਪਰਿਕਰਮਾ ਦੇ ਵਿੱਚ ਉਹ ਸਮਾ ਗਏ। ਇਹ ਬੁੰਗਾ ਜਿਹੜਾ ਸੀਗਾ ਇਹ ਥੋੜ੍ਹਾ ਜਿਹਾ ਹਰਿਮੰਦਰ ਸਾਹਿਬ ਤੋਂ ਵਿੱਥ 'ਤੇ ਹੋਣ ਕਰਕੇ, ਦੂਰੀ ਹੋਣ ਕਰਕੇ ਇਹ ਬੁੰਗਾ ਜਿਹੜਾ ਬਚਿਆ ਵੀ ਰਿਹਾ। ਲੇਕਿਨ ਜਿਹੜੀ ਇਹਦੀ ਇਤਿਹਾਸਿਕ ਇਮਾਰਤ ਜਿਹੜੀ ਆ, ਜੇ ਮੈਂ ਅੱਜ ਇਹ ਗੱਲ ਕਰ ਲਵਾਂ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਹਰਿਮੰਦਰ ਸਾਹਿਬ ਦੇ ਨੇੜੇ ਜੇ ਕੋਈ ਇਤਿਹਾਸਿਕ ਇਮਾਰਤ ਅੱਜ ਕੋਈ ਹੈਗੀ ਆ, ਵਿਰਾਸਤੀ ਇਮਾਰਤ ਕੋਈ ਹੈਗੀ ਆ, ਜੱਸਾ ਸਿੰਘ ਰਾਮਗੜੀਆ ਬੁੰਗਾ ਹੈਗਾ ਜਿਹੜਾ 300 ਸਾਲ ਦੀ ਗਵਾਹੀ ਭਰਦਾ ਹੈਗਾ। ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਦੇ ਵਿੱਚ ਬੁੰਗਾ ਰਾਮਗੜੀਆ ਸੁਸ਼ੋਭਿਤ ਹੈ, ਜਿੱਥੇ ਅੱਜ ਵੀ ਸਿੱਖ ਕੌਮ ਦੇ ਇਤਿਹਾਸ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਉਸ ਸਮਾਂ ਨੂੰ ਚੇਤੇ ਕਰਵਾਉਂਦੀਆਂ ਨੇ। ਤੇ ਆ ਹੁਣ ਤੁਹਾਨੂੰ ਦੱਸਦਿਆਂ ਇਹਨਾਂ ਬੁੰਗਿਆਂ ਦੇ ਇਤਿਹਾਸ ਬਾਰੇ। ਰਾਮਗੜੀਆ ਬੁੰਗੇ ਦਾ ਨਿਰਮਾਣ ਸਰਦਾਰ ਜੱਸਾ ਸਿੰਘ ਨੇ ਕੀਤਾ ਸੀ। ਉਸ ਸਮੇਂ ਇਸ ਬੁੰਗੇ ਉੱਪਰ 3.5 ਲੱਖ ਰੁਪਏ ਦੀ ਲਾਗਤ ਆਈ ਸੀ। ਇਸ ਬੁੰਗੇ ਦੀ 2 ਮੰਜ਼ਲੀ ਇਮਾਰਤ ਬਹੁਤ ਮਜ਼ਬੂਤ ਤੇ ਖੂਬਸੂਰਤ ਅੱਜ ਵੀ ਦੇਖੀ ਜਾ ਸਕਦੀ ਹੈ। ਇਸ ਬੁੰਗੇ ਦੇ ਦੋਨੋਂ ਪਾਸੇ 2 ਉੱਚੇ ਉੱਚੇ ਮੁਨਾਰੇ ਨੇ। ਇਹਨਾਂ ਮੁਨਾਰਿਆਂ ਨੂੰ ਸੁਰੱਖਿਆ ਦੇ ਲਈ ਵਰਤਿਆ ਜਾਂਦਾ ਸੀ। ਮੂਲ ਰੂਪ ਦੇ ਵਿੱਚ ਮੁਨਾਰਿਆਂ ਨੂੰ ਦੁਸ਼ਮਣ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਦੇ ਲਈ ਤੇ ਚੌਕਸੀ ਦੇ ਲਈ ਵਰਤਿਆ ਜਾਂਦਾ ਸੀ। ਇਹਨਾਂ ਮੁਨਾਰਿਆਂ ਦੇ ਵਿੱਚ ਵੱਡੀ ਤੇ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੀ ਬਣਤਰ ਦੇ ਵਿੱਚ ਲੱਕੜ ਬਿਲਕੁਲ ਨਹੀਂ ਵਰਤੀ ਗਈ। ਇਸ ਬੁੰਗੇ ਦੇ ਵਿੱਚ ਇਤਿਹਾਸਕ ਪੱਥਰ ਦੀ ਸੈੱਲ, ਜਿਸ ਨੂੰ ਲਾਲ ਕਿਲੇ ਦੇ ਵਿੱਚੋਂ ਲਿਆਂਦਾ ਗਿਆ ਸੀ, ਸੁਰੱਖਿਅਤ ਰੱਖੀ ਹੋਈ ਹੈ। ਜੱਸਾ ਸਿੰਘ ਰਾਮਗੜੀਆ ਨੇ ਬਣਾਇਆ ਸੀ ਰਾਮਗੜੀਆ ਬੁੰਗਾ। ਬੁੰਗੇ ਦੇ ਨਿਰਮਾਣ ਦੇ ਲਈ 3.5 ਲੱਖ ਰੁਪਏ ਦੀ ਰਾਸ਼ੀ ਖਰਚੀ ਗਈ ਸੀ। ਬੁੰਗੇ ਦੀ 2 ਮੰਜ਼ਲੀ ਇਮਾਰਤ ਅੱਜ ਵੀ ਮਜ਼ਬੂਤ ਤੇ ਖੂਬਸੂਰਤ ਹੈ। ਬੁੰਗੇ ਦੇ ਦੋਨੋਂ ਪਾਸੇ ਉੱਚੇ ਉੱਚੇ 2 ਮੁਨਾਰੇ ਬਣੇ ਹੋਏ ਨੇ। ਸੁਰੱਖਿਆ ਦੇ ਲਈ ਵਰਤੇ ਜਾਂਦੇ ਨੇ ਇਹ ਮੁਨਾਰੇ। ਬੁੰਗੇ ਦੇ ਨਿਰਮਾਣ ਦੇ ਲਈ ਕਿਸੇ ਵੀ ਤਰੀਕੇ ਦੀ ਕੋਈ ਲੱਕੜ ਦਾ ਇਸਤੇਮਾਲ ਨਹੀਂ ਕੀਤਾ ਗਿਆ। ਬੁੰਗੇ ਦੇ ਵਿੱਚ ਇਤਿਹਾਸਕ ਪੱਥਰ ਦੀ ਸਿੱਲ ਅੱਜ ਵੀ ਸੁਰੱਖਿਅਤ ਰੱਖੀ ਗਈ ਹੈ। 1905 ਦੇ ਵਿੱਚ ਆਏ ਭੂਚਾਲ ਦੇ ਨਾਲ ਬੁੰਗੇ ਦੇ ਵਿੱਚ ਨਿਰਮਿਤ ਦੋਵੇਂ ਮੀਨਾਰਾਂ ਤੇ ਗੁੰਬਦ ਟੁੱਟ ਗਏ। ਫਿਰ ਇਸ ਪਿੱਛੋਂ ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਹੋਈ ਗੋਲੀਬਾਰੀ ਦੇ ਵਿੱਚ ਜਿੱਥੇ ਕਈ ਇਤਿਹਾਸਕ ਇਮਾਰਤਾਂ ਮਲੀਆਂ ਮੇਟ ਹੋ ਗਈਆਂ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੌਜੂਦ ਬੁੰਗਾ ਰਾਮਗੜੀਆ ਦਾ ਵੀ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ। ਫੌਜ ਨੂੰ ਖਦਸ਼ਾ ਸੀ ਕਿ ਉੱਚੇ ਮੀਨਾਰ ਹੋਣ ਕਰਕੇ ਉਹਨਾਂ ਤੇ ਜਵਾਬੀ ਹਮਲਾ ਹੋ ਸਕਦਾ ਹੈ। ਇਸ ਕਾਰਨ ਕੌਮ ਦੀ ਇਹ ਮਹਾਨ ਵਿਰਾਸਤ ਦਾ ਵੀ ਭਾਰੀ ਨੁਕਸਾਨ ਹੋਇਆ। ਅੰਮ੍ਰਿਤਸਰ ਤੋਂ ਹਰਮੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। Daily Post.
पंजाब हरियाणा हिमाचल जर्नलिज्म ऑफ होप।